ਪਾਕਿਸਤਾਨ ਆਏਗੀ ਤੇ ਤੇਰੇ ਨਾਲ ਨਿਬੜ ਲੈਣਗੇ। ਮੈਂ ਕਿਹਾ ਹਾਂ ਹਾਏ ਮੇਰੇ ਨਾਲ ਕਾਹਦਾ ਨਿਬੜ ਲੈਣਗੇ, ਤੇ ਕਹਿੰਦਾ ਤੂੰ ਵਾਇਰਲ ਜੀ ਹੋਈ ਪਈ ਆ, ਤੇਰੇ ਤੇ ਫੈਨ ਹੀ ਬੜੇ ਆ, ਫੈਨ ਹੀ ਬੜੇ ਆ, ਤੈਨੂੰ ਤਾਂ ਵੇਖਦੇ ਹੀ ਬਹੁਤ ਆ। ਕਹਿੰਦੇ ਆ ਸਾਨੂੰ ਮਾਂ ਜੀ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਵਾ, ਤੇ ਹੋਰ ਪਤਾ ਨੀ ਕੀ ਕੀ ਕਹਿੰਦੇ ਸੀ। ਕਹਿੰਦੇ ਤੂੰ ਤਾਂ ਵਾਇਰਲ ਹੋਈ ਪਈ ਸਾਊਦੀ ਅਰਬ ਦੁਬਈ। ਤੇ ਫਿਰ ਮੈਂ ਮਾਮੂ ਤੁਹਾਡੇ ਨੂੰ ਇਹ ਕਿਹਾ, ਹੱਥ ਅੱਗੇ ਕਰਕੇ ਦੁਆ ਕੀਤੀ ਕਿ ਮੈਨੂੰ ਜੇ ਵੇਖਣ ਵਾਲਿਆਂ ਦਾ ਉਹ ਹਮੇਸ਼ਾ ਖੁਸ਼ ਰਹਾਂ ਤੇ ਹਮੇਸ਼ਾ ਬਾਦ ਰਹਾਂ ਤੇ ਅੱਲਾ ਉਹਨਾਂ ਦੀ ਰੋਜ਼ੀ 'ਚ ਬਰਕਤ ਪਾਵੇ। ਤੇ ਇੱਥੇ ਫਿਰ ਉਹਨੇ ਕਿਹਾ ਹੁਣ ਪਾਕਿਸਤਾਨ ਆਏਗੀ ਤੇ ਤੈਨੂੰ ਨਿਬੜ ਲੱਗ ਗਿਆ। ਮੈਂ ਕਿਹਾ ਤੈਨੂੰ ਵੇਖਦੇ ਤਾਂ ਬਹੁਤ ਆ, ਪਰ ਸਬਸਕ੍ਰਾਈਬ ਨਹੀਂ ਕਰਦੇ। ਕਿੰਨਾ ਕਰਨਾ ਬੱਚਾ, ਨਾ ਹੀ ਐਡਾ ਭਾਰਾ, ਤੂੰ ਕਰਨਾ ਕਿੰਨੇ ਆ? ਕੀ ਦੁਬਾਰਾ ਦੱਸੀ? ਸਬਸਕ੍ਰਾਈਬ। ਮੇਰੇ ਪੁੱਤੋ ਮੈਨੂੰ ਕਿਉਂ ਤੁਸੀਂ ਇਹਦੇ ਥਾਂ ਸ਼ਰਮਿੰਦਾ ਕਰਨ ਦੇ ਹੋ? ਸਬਸਕ੍ਰਾਈਬ ਤੇ ਹੈਗਾ ਵੱਲ ਕਰੋ, ਪਰ ਤੇ ਲਾਈਕ ਵੀ ਕਰੋ। ਕਹਿੰਦਾ ਅੰਮਾ ਤੈਨੂੰ ਵੇਖਦੇ ਬੜੇ ਆ, ਪਰ ਸਬਸਕ੍ਰਾਈਬ ਨਹੀਂ ਕਰਦੇ। ਕਿਉਂ? ਕੀ ਗੱਲ? ਵੇਖਣਾ ਹੁੰਦਾ ਸਬਸਕ੍ਰਾਈਬ ਵੀ ਕਰ ਦੋ, ਸਹੀ ਆ ਨਾ? ਤੇ ਮਾਮਾ ਯਾਲਾ ਕਿੱਥੇ ਆ? ਨੀ ਮਾਮਾ ਯਾਲਾ, ਨੀ ਮਾਮਾ ਯਾਲਾ, ਇੱਧਰ ਆ। ਮੈਂ ਕੀ ਪੁੱਛਿਆ ਵਾ? ਨੀ ਯਾਲਾ ਮਾਮਾ, ਕੀ ਕਹਿੰਦੇ? ਗੋਰੀਆ ਠੀਕ ਆ, ਮੈਨੂੰ ਫੀਵਰ ਆ। ਨੀ ਕੁੜੀਏ, ਆ ਡਾਂਸ ਕੀ ਕੀਤੀ ਜਾਂਦੀਆਂ? ਕੀ ਹੋਇਆ ਤੈਨੂੰ? ਆਏ ਹਾਏ ਬੱਲੇ, ਛੋਰੇ ਛੋਟੇ ਕੀ ਆਉਂਦੀਆਂ? ਇੱਕ ਤਾਂ ਮੇਰੀ ਤਬੀਅਤ ਨੀ ਸਹੀ। ਨੀ ਆਲਾ ਮਾਮਾ, ਇਹਨੂੰ ਕਹਿ ਤੈਨੂੰ ਖੈਰ ਤੇ ਆ? ਆਪਕੋ ਖੈਰ ਤੋ ਹੈ? ਠੀਕ ਤੇ ਹੈਗੀ ਆ, ਠੀਕ। ਖੜ ਜਾ, ਨਹੀਂ ਖੜ ਜਾ, ਇੱਥੇ ਆ, ਖੜ ਜਾ। ਤੁਹਾਨੂੰ ਮੈਂ ਦੱਸਾਂ ਕਿਉਂ ਨੀ ਬਣਾਈ? ਤੁਹਾਡੀ ਮਾਂ ਜੀ ਨੂੰ ਹੋਇਆ ਸੀਗਾ ਬੁਖਾਰ, ਨਾਲੇ ਗਲਾ ਖਰਾਬ ਸੀਗਾ। ਮੁੰਡਾ ਮੇਰਾ ਬੱਚਾ ਕਹਿੰਦਾ ਕਿ ਸਬਸਕ੍ਰਾਈਬ ਕਰੋ, ਜੋ ਵੀ ਆ ਨਾ ਹੀ ਬੜਾ ਭਾਰੀ ਆ, ਤੇ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਾਂ ਤੇ ਚੰਗਾ, ਸਵੇਰੇ ਮਿਲਦੀਆਂ।